बहुत सारे साढ़े ऐसे बुजुर्ग हैं जड़े कि अपना समा जहाँ तक पार्कस जाके या फिर गुरुद्वारे या मंदिरों में जाके बिताते हैं, पर कई ऐसे बुजुर्ग ने जड़े कि टेक्नोलॉजी के नाल अपने आप को अपडेट रखना चाहते हैं। पिक्स अते नाल गुरुद्वारा रॉ स्ट्रीट वालों एक कोशिश की गई कि बुजुर्गों को कंप्यूटर्स के बारे जानकारी दी जाए, जिस विच के 150 तो वध बुजुर्ग जड़े कि अपने भाईचारे नाल ते चीनी भाईचारे नाल संबंधित ने, उन्होंने अपना समा कढ़ के कंप्यूटर्स नूं सिख्या। हाल ही उन्होंने ग्रैजुएशन की गई, साड़ी टीम उत्थे गई अते उत्थे जाके असीं उन्हां नाल गलबात की। पेश करदे आं उन्हां दे की विचार हन। सो जिहड़ा प्रोग्राम जी तुसीं कीता बुजुर्गों नूं कंप्यूटर सिखाउण दा, किवें मन विच आया ते इहदा की बेनीफिट तुसीं समझदे हो बुजुर्गों वास्ते? दरअसली इहो हरप्रीत जी इहदा इदां हैगी आ, पिक्स ने सानूं अप्रोच कीती सी ਅਤੇ ਸਾਡੇ ਕੋਲ ਥਾਂ ਹੈ ਨਹੀਂ ਹੈ ਤਾਂ, ਲੇਕਿਨ ਇਹ ਕਿਉਂਕਿ ਉਹਨਾਂ ਦਾ ਜਿਹੜਾ ਕਾਜ ਬਹੁਤ ਵਧੀਆ ਸੀਗਾ, ਖਾਲਸਾ ਦੀਵਾਨ ਸੁਸਾਇਟੀ ਵੀ ਤੁਹਾਨੂੰ ਪਤਾ ਵੀ ਇਹ ਵੀ ਆਲਵੇਜ਼ ਜਿਹੜਾ ਕੋਈ ਕਮਿਊਨਿਟੀ ਦੇ ਚੰਗੇ ਕੰਮ ਆ ਉਹਦੇ ਲਈ ਕਦੇ ਪਿੱਛੇ ਨਹੀਂ ਰਹਿਣਾ ਚਾਹੁੰਦੀ, ਤਾਂ ਸਾਡੇ ਕੋਲ ਸਪੇਸ ਸੀਗੀ ਤਾਂ ਅਸੀਂ ਇਹਨਾਂ ਨੂੰ ਫਿਰ ਕੇ ਔਫਰ ਕੀਤਾ ਸੀ ਕਿ ਕੋਈ ਗੱਲ ਨਹੀਂ, ਇਹ ਵਧੀਆ ਚੀਜ਼ ਆ, ਇਹੋ ਤੁਸੀਂ ਚੰਗੇ ਕੰਮ ਕਰ ਰਹੇ ਹਾਂ ਵੀ ਜਿੰਨਾ ਜੋ ਕੁਛ ਅਸੀਂ ਕਰ ਸਕਦੇ ਹਾਂ ਅਸੀਂ ਤੁਹਾਡੇ ਨਾਲ ਹਾਂ। ਸੋ ਇਹ ਜਿਹੜਾ ਹੈਗਾ ਆ ਕੰਪਿਊਟਰ ਦਾ ਕੰਮ, ਇਹ ਤੁਸੀਂ ਸਮਝ ਲਓ ਵੀ ਸਾਡਾ ਦੋਨਾਂ ਦਾ ਪਿਕਸ ਦਾ ਖਾਲਸਾ ਦੀਵਾਨ ਸੈੱਟ ਦਾ ਕਿਸਮ ਦਾ ਹੁਣ ਰਲ ਕੇ ਹੀ ਹੋ ਰਿਹਾ ਆ। ਕਿਵੇਂ ਇਹ ਆਈਡੀਆ ਆਇਆ ਕਿ ਬਜ਼ੁਰਗਾਂ ਨੂੰ ਖਾਸ ਤੌਰ 'ਤੇ, ਕਿਉਂਕਿ ਅੱਜ ਅਸੀਂ ਦੇਖਦੇ ਕਿ ਟੈਕਨੋਲੋਜੀਕਲ ਐਡਵਾਂਸਮੈਂਟ ਜੋ ਹੋ ਰਹੀ ਉਹਦੇ ਵਿੱਚ ਬਜ਼ੁਰਗ ਪਿੱਛੇ ਰਹਿ ਜਾਂਦੇ ਨੇ, ਸੋ ਕੀ ਰਿਸਪੋਂਸ ਰਿਹਾ, ਕਿਸ ਤਰ੍ਹਾਂ ਦੇ ਕੋਈ ਚੈਲੰਜਸ ਅਤੇ ਕਿਵੇਂ ਮਨ ਵਿੱਚ ਆਇਆ ਸੀ? ਇਹ ਜਿਹੜਾ ਪ੍ਰੋਜੈਕਟ ਸੀ ਅਸੀਂ ਇਹ ਸੋਚ ਕੇ ਕੀਤਾ ਸੀ, ਪਹਿਲਾਂ ਅਸੀਂ ਨੀਰਨ ਅਨਾਲਿਸਿਸ ਕੀਤਾ, ਐਂਡ ਜਦੋਂ ਅਸੀਂ ਨੀਰਨ ਅਨਾਲਿਸਿਸ ਕੀਤਾ ਤਾਂ ਬਜ਼ੁਰਗ ਸਾਨੂੰ ਆ ਕੇ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਬਿਲਕੁਲ ਆਈਸੋਲੇਟਡ ਹਾਂ, ਅਸੀਂ ਸਾਨੂੰ ਡਿਪਰੈਸ਼ਨ ਦੇ ਵਿੱਚ ਹਾਂ, ਅਤੇ ਅਸੀਂ ਸਾਨੂੰ ਕੁਛ ਸਾਡੀ ਹੈਲਪ ਕਰੋ। ਅਤੇ ਜਦੋਂ ਅਸੀਂ ਸਾਰਿਆਂ ਦਾ ਨੀਡਨ ਅਨਾਲਿਸਿਸ ਕੰਪਲੀਟ ਕੀਤਾ ਅਤੇ ਅਸੀਂ ਰੀਅਲਾਈਜ਼ ਕੀਤਾ ਕਿ ਕੋਈ ਐਸਾ ਕੰਮ ਕੀਤਾ ਜਾਵੇ ਜਿੱਥੇ ਐਟ ਐਨ ਇੰਡੀਵਿਜੁਅਲ ਲੈਵਲ ਉਹ ਆਪਣੇ ਮਾਇੰਡ ਨੂੰ ਯੂਜ਼ ਕਰ ਸਕਣ। ਸੋ ਦਿਸ ਵਾਜ਼ ਦੀ ਓਨਲੀ ਇੱਕ ਇਹ ਸਾਡੇ ਕੋਲ ਅਸਾਈਨਮੈਂਟ ਅਸੀਂ ਸੋਚਿਆ ਕਿ ਜਿਹੜਾ ਅਸੀਂ ਚਾਹੁੰਦੇ ਸੀ ਕਿ ਵੀ ਸੀਨੀਅਰਸ ਨੂੰ ਮੈਮਰੀ ਵੀ ਸ਼ਾਰਪ ਹੋਵੇ ਅਤੇ ਆਪਣੇ ਲਈ ਵੀ ਕਰਨ ਅਤੇ ਦੁਨੀਆ ਵੀ ਥੋੜ੍ਹੀ ਜਿਹੀ ਛੋਟੀ ਹੋ ਜਾਵੇ, ਤਾਂ ਕਿ ਉਹ ਅੱਜ ਕੱਲ੍ਹ ਟੈਕਨੋਲੋਜੀ ਦਾ ਯੁੱਗ ਹੈ। ਸੋ ਇਸ ਕਰਕੇ ਅਸੀਂ ਸੋਚਿਆ ਕਿ ਇਹਨਾਂ ਨੂੰ ਕਿਉਂ ਨਾ ਟੈਕਨੋਲੋਜੀ ਦੇ ਨਾਲ ਜੋੜਿਆ ਜਾਵੇ। ਇਹਦੀ ਲੋੜ ਬਹੁਤ ਹੈ, ਕੰਪਿਊਟਰ ਤੋਂ ਬਗੈਰ ਕੁਛ ਪਤਾ ਨਹੀਂ ਸੀ ਲੱਗਦਾ, ਭਾਵੇਂ ਇੰਗਲਿਸ਼ ਆਉਂਦੀ ਸੀ, ਪੜ੍ਹਿਆ ਜਾਂਦਾ ਸੀ, ਲਿਖਿਆ ਜਾਂਦਾ ਸੀ, ਸੁਣਿਆ ਜਾਂਦਾ ਸੀ, ਪਰ ਜਿਹੜੀਆਂ ਗੱਲਾਂ ਕੰਪਿਊਟਰ 'ਤੇ ਬਾਹਰ ਜਾ ਕੇ ਵੀ ਜਦੋਂ ਮੈਂ ਕਿਤੇ ਜਾਂਦੀ ਸੀ ਵਲੰਟੀਅਰ ਦਾ ਕੰਮ ਕਰਨ, ਤਾਂ ਮੈਨੂੰ ਈਮੇਲ ਦਾ ਪਤਾ ਨਹੀਂ ਸੀ ਲੱਗਦਾ, ਹਰੇਕ ਕੋਈ ਈਮੇਲ ਦਾ ਪੁੱਛਦਾ ਸੀਗਾ ਕਿ ਈਮੇਲ ਐਡਰੈਸ ਕੀ ਹੈ ਤੁਹਾਡਾ, ਅਤੇ ਮੈਂ ਸੋਚਿਆ ਵੀ ਕਿਉਂ ਨਾ ਮੈਂ ਸਿੱਖ ਲਵਾਂ, ਅਤੇ ਹੁਣ ਮੈਂ ਸਿੱਖ ਲਿਆ ਹੋਇਆ। ਕਿਹੋ ਜਿਹਾ ਐਕਸਪੀਰੀਅੰਸ ਰਿਹਾ, ਕਿੰਨਾ ਕੁ ਚੈਲੰਜਿੰਗ ਸੀ? ਪਹਿਲਾਂ ਤਾਂ ਲੱਗਦਾ ਸੀਗਾ ਵੀ ਪਤਾ ਨਹੀਂ ਇਹ ਮਸ਼ੀਨ ਸਾਡੇ ਕਾਬੂ ਨਹੀਂ ਆਉਣੀ, ਪਰ ਹੁਣ ਚੰਗੀ ਤਰ੍ਹਾਂ ਕਾਬੂ ਆਈ ਹੋਈ ਹੈ, ਹੁਣ ਤਾਂ ਅਸੀਂ ਸਭ ਕੁਝ ਕਰ ਸਕਦੇ ਹਾਂ। ਮੈਂ ਘਰੇ ਜੀ ਬੱਚਿਆਂ ਨੂੰ ਵੇਖਦਾ ਹੁੰਦਾ ਸੀਗਾ ਕੰਪਿਊਟਰ ਚਲਾਉਂਦੇ ਸੀਗੇ, ਜਦੋਂ ਕੁਛ ਪੁੱਛਦੇ ਸੀਗੇ ਤਾਂ ਬੱਚੇ ਸਾਨੂੰ ਇੱਕ ਅੱਧੀ ਵਾਰ ਦੱਸਦੇ ਸੀ, ਦੂਜੀ ਵਾਰ ਨੂੰ ਉਹਨਾਂ ਕੋਲ ਟਾਈਮ ਨਹੀਂ ਸੀ ਹੁੰਦਾ, ਕਿਉਂਕਿ ਜਿਹੜੀ ਚੀਜ਼ ਜਾਣਕਾਰੀ ਇੱਥੇ ਲੋੜ ਹੈਗੀ ਹੈ ਉਹ ਕੰਪਿਊਟਰ ਤੋਂ ਬਿਨਾਂ ਅਸੀਂ ਕਰ ਨਹੀਂ ਸਕਦੇ। ਤਾਂ ਅਸੀਂ ਫਿਰ ਇੱਥੇ ਸਾਨੂੰ ਪਤਾ ਲੱਗਾ ਕਿ ਕੰਪਿਊਟਰ ਦੀਆਂ ਕਲਾਸਾਂ ਪਿਕਸ ਵਾਲੇ ਅਤੇ ਖਾਲਸਾ ਦੀਵਾਨ ਸੁਸਾਇਟੀ ਦੀ ਮਦਦ ਦੇ ਨਾਲ ਚਲਾ ਰਹੇ ਹੈ, ਅਸੀਂ ਉੱਥੇ ਗਏ, ਬਹੁਤ ਕੁਛ ਸਿੱਖਿਆ। ਹੁਣ ਅਸੀਂ ਕੰਪਿਊਟਰ ਦੇ ਉੱਤੋਂ ਈਮੇਲ ਜਾਂ ਹੋਰ ਕੋਈ ਚੀਜ਼ ਵੀ ਕਰਨੀ ਹੋਵੇ ਤਾਂ ਅਸੀਂ ਕਰ ਸਕਦੇ ਹਾਂ, ਜੇ ਪਿਕਚਰਾਂ ਵੀ ਪਾਉਣੀਆਂ ਹੋਣ ਕੰਪਿਊਟਰ 'ਤੇ ਪਿਕਚਰਾਂ ਪਾ ਲੈਂਦੇ, ਜੇ ਯੂਟਿਊਬ 'ਤੇ ਜਾਣਾ ਹੋਵੇ ਗੁਰਬਾਣੀ ਸੁਣਨੀ ਹੋਵੇ ਗੁਰਬਾਣੀ ਸੁਣ ਸਕਦੇ ਹਾਂ, ਜੇ ਕਿਸੇ ਨੂੰ ਹੋਰ ਨੂੰ ਮਿਲਣਾ ਹੋਵੇ ਅਸੀਂ ਮਿਲ ਵੀ ਸਕਦੇ ਹੈਗੇ ਸੁਨੇਹਾ ਭੇਜਣਾ। So Gabriel, how did this idea come of having the Chinese seniors involved in learning the computers? Well, first of all, it was some time ago, Sharon Gill introduced me to his staff at the Main Street office, and we had a little chat, and then we realized that they are working on a computer class for senior. Then I said that, well, because the success office in Fraser Street has been closed, and I think, well, PICS actually has a good opportunity to provide some services to non-South Asian in this riding, because in this area, we have actually more Chinese residents than South Asian. So Sonia, you were an instructor and you taught these elders. What was your experience and what was their kind of thinking about learning computers? Well, we taught them computers because we had done a needs assessment before we started these classes, and I did the needs assessment with the community before designing the program. And once we found out through our needs assessment, the seniors would like us to provide this type of instruction to them, only then we started the classes. What was their experience and what kind of challenges did you face working with them? Their experiences have been
been great. Actually, after taking the class, they have they come to us all the time and tell us how what a great difference the class has made to their day-to-day lives. It has made it easy for them to navigate the city. They feel more connected, and of course, they feel a part of our society. Also, a lot of them have felt that their health has improved, especially their mental health. So that is what has changed for them. There was one thing else that you asked. Challenges, any challenges what they faced? Challenges, we have to go really slow, we have to be very patient, and we have to make them understand things step by step. So that's pretty much it. Otherwise, but they're receptive. They're very receptive.